ਮੇਰਾ ਨਾਮ ਹੈ ਜੀ ਅਜੇ ਪ੍ਰਤਾਪ ਸਿੰਘ ਗਰੇਵਾਲ ਤੇ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ BLLB ਯਾਨੀ ਕਿ ਲਾਅ ਕੀਤੀ ਹੈ। ਮੇਰੀ ਲਾਅ ਪੂਰੀ ਹੋ ਗਈ ਸੀ 2019 'ਚ ਅਤੇ ਉਹ ਤੋਂ ਬਾਅਦ 2020 'ਚ ਮੈਂ ਅਤੇ ਮੇਰੇ ਫਾਦਰ ਸਾਹਿਬ ਨੇ ਡੇਅਰੀ ਫਾਰਮ ਸਟਾਰਟ ਕੀਤਾ। ਇਹ ਡੇਅਰੀ ਫਾਰਮ ਸਟਾਰਟ ਕਰਨ ਦੇ ਪਿੱਛੇ ਇੱਕ ਵਜ੍ਹਾ ਕੁਛ ਕਾਰਨ ਨੇ। ਮੈਂ ਕੋਈ ਛੋਟਾ ਹੁੰਦਾ ਸੁਪਨੇ ਨਹੀਂ ਦੇਖਦਾ ਹੁੰਦਾ ਸੀਗਾ ਵੀ ਬੜਾ ਹੋ ਕੇ ਮੈਂ ਮੈਂ ਸਰ ਰੱਖੂੰਗਾ, ਦੁੱਧ ਦਾ ਕੰਮ ਕਰੂੰਗਾ। ਇਹ ਕੰਮ ਨੂੰ ਚੁਣਨ ਦੇ ਮੇਰੇ ਕਾਰਨ ਨੇ ਅਤੇ ਮੈਂ ਤੁਹਾਨੂੰ ਦੱਸਾਂ, ਜੇ ਸੱਚ ਦੱਸਾਂ, ਮੈਂ ਓਪਰਚੁਨਿਸਟਿਕ ਬੰਦਾ। ਮੈਨੂੰ ਜਿੱਥੇ ਓਪਰਚੁਨਿਟੀ ਮਿਲੂਗੀ, ਮਤਲਬ ਮੈਨੂੰ ਜਿੱਥੇ ਲੱਗੂਗਾ ਵੀ ਆਪਾਂ ਨੂੰ ਇਹ ਕੰਮ ਕਰਨ ਦਾ ਫਾਇਦਾ, ਮੈਂ ਉਹ ਕੰਮ ਸਟਾਰਟ ਕਰੂੰਗਾ। ਅਤੇ ਮੇਰੇ ਹਿਸਾਬ ਨਾਲ ਡੇਅਰੀ ਫਾਰਮ ਦੁਨੀਆ ਦਾ, ਡੇਅਰੀ ਫਾਰਮਿੰਗ ਦੁਨੀਆ ਦਾ ਸਭ ਤੋਂ ਵਧੀਆ ਕੰਮ ਆ ਅਤੇ ਤਾਂ ਹੀ ਮੈਂ ਇਹ ਕੰਮ ਨੂੰ ਚੁਣਿਆ। ਅਤੇ ਇਸ ਵੀਡੀਓ 'ਚ ਵੀ ਆਪਾਂ ਇਹੀ ਡਿਸਕਸ ਕਰਾਂਗੇ ਵੀ ਡੇਅਰੀ ਫਾਰਮਿੰਗ ਬਹੁਤ ਵਧੀਆ ਕੰਮ ਕਿਉਂ ਆ ਅਤੇ ਮੇਰੇ ਹਿਸਾਬ ਨਾਲ ਤਾਂ ਵੈਸੇ ਦੁਨੀਆ ਦਾ ਬੈਸਟ ਕੰਮ ਆ। ਅਤੇ ਮੈਂ ਥੋੜ੍ਹਾ ਬਾਇਸਡ ਵੀ ਹੋ ਸਕਦਾ, ਥੋੜ੍ਹਾ ਇਹਦੇ ਤਰਫ ਹੀ ਇੱਕ ਤਰਫਾ ਵੀ ਹੋ ਸਕਦਾ ਕਿਉਂਕਿ ਮੇਰਾ ਕੰਮ ਆ, ਬਟ ਤੁਸੀਂ ਮੇਰੇ ਰੀਜ਼ਨ ਸੁਣੋ ਵੀ ਇਹ ਕਿਉਂ ਵਧੀਆ ਕੰਮ ਆ। ਮੇਰੇ 5 ਮੇਨ ਕਾਰਨ ਨੇ ਇਹ ਕੰਮ ਨੂੰ ਚੁਣਨ ਦੇ, ਠੀਕ ਆ, ਅਤੇ ਉਹ ਮੈਂ ਤੁਹਾਡੇ ਨਾਲ ਇਸ ਵੀਡੀਓ 'ਚ ਸ਼ੇਅਰ ਕਰ ਰਿਹਾ। ਪਹਿਲਾ ਹੈਗਾ, ਦੁੱਧ ਦੀ ਡਿਮਾਂਡ ਬਹੁਤ ਜ਼ਿਆਦਾ ਆ। ਲਾਈਕ ਇਹ ਚੀਜ਼ ਹਰ ਬੰਦੇ ਨੂੰ ਰੋਜ਼ ਚਾਹੀਦੀ ਹੈ ਅਤੇ ਦਿਨ 'ਚ ਇੱਕ ਵਾਰ ਨਹੀਂ 4-5 ਵਾਰ ਚਾਹੀਦੀ ਹੈ ਦੁੱਧ, ਠੀਕ ਆ। ਅਤੇ ਜੇ ਤੁਸੀਂ ਇੰਨੀ ਡਿਮਾਂਡ ਵਾਲੇ ਕੰਮ ਨੂੰ ਉਹਦੇ 'ਚ ਵੜ ਕੇ ਪੈਸੇ ਨਹੀਂ ਕਮਾ ਸਕਦੇ, ਤੁਸੀਂ ਕਹਿੰਦੇ ਘਾਟੇ ਵਾਲਾ ਕੰਮ ਆ, ਫਿਰ ਤੁਸੀਂ ਕਿਸੇ ਕੰਮ 'ਚ ਨਹੀਂ ਪੈਸੇ ਕਮਾ ਸਕਦੇ। ਮਤਲਬ ਇਹਦੀ ਇੰਨੀ ਕੁ ਡਿਮਾਂਡ ਆ। ਜ਼ਿੰਦਗੀ 'ਚ ਪੈਸੇ ਕਮਾਉਣ ਦੇ ਸਿਰਫ ਦੋ ਤਰੀਕੇ ਹੁੰਦੇ ਨੇ, ਜਾਂ ਕੋਈ ਡਿਮਾਂਡ ਪੂਰੀ ਕਰ ਦਿਉ, ਜਾਂ ਕਿਸੇ ਦੀ ਕੋਈ ਪ੍ਰੋਬਲਮ ਆ ਉਹਨੂੰ ਸੋਲਵ ਕਰ ਦਿਉ ਅਤੇ ਬਦਲੇ 'ਚ ਪੈਸੇ ਲੈ ਲਓ। ਅਤੇ ਜਿਹੜੇ ਆਪਣੇ ਦੁੱਧ ਦਾ ਕੰਮ ਆ, ਇਹ 'ਚ ਦੋਨੋਂ ਹੀ ਚੀਜ਼ਾਂ ਨੇ, ਦੁੱਧ ਦੀ ਬਹੁਤ ਡਿਮਾਂਡ ਆ ਅਤੇ ਨਕਲੀ ਦੁੱਧ ਦੀ ਬਹੁਤ ਪ੍ਰੋਬਲਮ ਆ। ਤਾਂ ਜੇ ਤੁਸੀਂ ਆਪਣਾ ਡੇਅਰੀ ਫਾਰਮ ਸਟਾਰਟ ਕਰਦੇ ਹੋ, ਆਪਣਾ ਅਸਲੀ ਦੁੱਧ ਲੈ ਕੇ ਜਾਂਦੇ ਲੋਕਾਂ ਤੱਕ, ਤਾਂ ਉਹਨਾਂ ਦੀ ਡਿਮਾਂਡ ਵੀ ਪੂਰੀ ਹੁੰਦੀ ਆ, ਉਹਨਾਂ ਦੇ ਨਕਲੀ ਦੁੱਧ ਦੀ ਪ੍ਰੋਬਲਮ ਵੀ ਸੋਲਵ ਹੁੰਦੀ ਆ। ਤਾਂ ਇਹਦੇ ਨਾਲ ਤੁਸੀਂ ਦੋਨੋਂ ਚੀਜ਼ਾਂ ਦੇ ਥਰੂ ਪੈਸੇ ਕਮਾ ਸਕਦੇ ਹੋ। ਤਾਂ ਪਹਿਲਾ ਹੋ ਗਿਆ ਜੀ, ਇਹਦੀ ਡਿਮਾਂਡ ਬਹੁਤ ਜ਼ਿਆਦਾ ਆ। ਤਾਂ ਦੂਜਾ ਰੀਜ਼ਨ ਕੀ ਹੈ ਇਹ ਕੰਮ ਨੂੰ ਸਟਾਰਟ ਕਰਨ ਦਾ? ਇਹਦੇ 'ਚ ਕੰਪੀਟੀਸ਼ਨ ਬਹੁਤ ਘੱਟ ਆ, ਨਾ ਦੇ ਬਰਾਬਰ ਆ। ਹੁਣ ਜੇ ਆਪਾਂ ਡੇਅਰੀ ਫਾਰਮਿੰਗ ਦੀ ਜਾਂ ਦੁੱਧ ਦੇ ਕੰਮ ਦੀ ਮਤਲਬ ਵੀ ਗੱਲ ਕਰੀਏ ਨਾ, ਤਾਂ ਇਹਦੇ ਵਿੱਚ 3 ਮੇਨ ਪਲੇਅਰ ਨੇ ਜਿਹੜੇ ਇਹ ਗੇਮ ਨੂੰ ਖੇਡ ਰਹੇ ਨੇ, ਡੇਅਰੀ ਫਾਰਮਿੰਗ ਦੀ ਗੇਮ ਨੂੰ, ਡੇਅਰੀ ਫਾਰਮਿੰਗ ਦੀ ਗੇਮ ਨੂੰ ਨਹੀਂ, ਦੁੱਧ ਦੀ ਗੇਮ ਨੂੰ ਲਗਾ ਕੇ ਚੱਲੋ। ਇੱਕ ਹੈਗੀਆਂ ਬੜੀਆਂ ਕੰਪਨੀਆਂ, ਅਮੂਲ, ਵੀਟਾ, ਵੇਰਕਾ, ਯੇਵੋ। ਇੱਕ ਹੈਗੇ ਨੇ ਦੋਜੀ, ਠੀਕ ਆ, ਤੀਜੇ ਹੈਗੇ ਆਪਾਂ ਡੇਅਰੀ ਫਾਰਮਰਸ। ਹੁਣ ਜਿਹੜਾ ਕੰਪੀਟੀਸ਼ਨ ਆ ਉਹ ਦੋਜੀ ਅਤੇ ਬੜੀ ਕੰਪਨੀਆਂ ਦੇ ਵਿੱਚ ਆ, ਠੀਕ ਆ, ਕਿਉਂਕਿ ਨਾ ਦੋਜੀ ਕੋਲ ਆਪਦਾ ਦੁੱਧ ਆ, ਆਪਦੀਆਂ ਮੈਸਾਂ ਨੇ, ਠੀਕ ਆ, ਉਹ ਵੀ ਪਿੰਡਾਂ 'ਚੋਂ ਇਕੱਠਾ ਕਰਕੇ ਸ਼ਹਿਰ 'ਚ ਲੈ ਕੇ ਜਾਂਦਾ ਵੇਚਦਾ, ਅਤੇ ਨਾ ਜਿਹੜਾ ਬੜੀ ਕੰਪਨੀਆਂ ਨੇ ਉਹਨਾਂ ਕੋਲ ਆਪਦਾ ਦੁੱਧ ਆ, ਉਹ ਵੀ ਫਾਰਮਰਸ ਤੋਂ ਇਕੱਠਾ ਕਰਦੇ ਨੇ। ਹੁਣ ਜਿਹੜਾ ਵਧੀਆ ਰੇਟ ਦਊਗਾ ਲੋਕ ਉਹਦੇ ਕੋਲ ਦੁੱਧ ਪਾਣਗੇ, ਠੀਕ ਆ, ਦੋਨਾਂ ਕੋਲ ਆਪਦਾ ਦੁੱਧ ਨਹੀਂ ਹੈਗਾ। ਅਤੇ ਜਿਹੜਾ ਆਪਦੇ ਮਤਲਬ ਵੀ ਆਪਾਂ ਡੇਅਰੀ ਫਾਰਮਰਸ ਆ, ਆਪਣੇ ਕੋਲ ਆਪਦਾ ਦੁੱਧ ਆ, ਅਤੇ ਜੇ ਆਪਾਂ ਆਪ ਵੇਚਣ ਲੱਗ ਜਾਈਏ ਆਪਾਂ ਇਹ ਕੰਪਨੀਆਂ ਦੇ ਬਰਾਬਰ ਜਾ ਕੇ ਖੜ੍ਹੇ ਹੋ ਸਕਦੇ ਹਾਂ ਅਤੇ ਇਹਨਾਂ ਤੋਂ ਵੀ ਅੱਗੇ ਨਿਕਲ ਸਕਦੇ ਹਾਂ। ਅਤੇ ਜੇ ਆਪਾਂ ਆਪ ਦੀ ਗੱਲ ਕਰੀਏ ਡੇਅਰੀ ਫਾਰਮਰਸ ਦੀ, ਤਾਂ ਪਿੰਡਾਂ 'ਚ ਵੀ ਮੈਸਾਂ ਗਾਵਾਂ ਘੱਟਦੀਆਂ ਜਾ ਰਹੀਆਂ ਨੇ, ਪਿੰਡਾਂ 'ਚ ਵੀ ਲੋਕ ਡੇਅਰੀ ਫਾਰਮਿੰਗ ਦਾ ਕੰਮ ਬੰਦ ਕਰਦੇ ਜਾ ਰਹੇ ਨੇ। ਤਾਂ ਜਿਹੜਾ ਕੰਮ ਬੰਦ ਹੁੰਦਾ ਜਾ ਰਿਹਾ, ਜਿਹ 'ਚ ਲੋਕ ਆਉਣਾ ਨਹੀਂ ਚਾਹੁੰਦੇ ਹੈਗੇ, ਕੰਮ ਕਰਨਾ ਨਹੀਂ ਚਾਹੁੰਦੇ ਹੈਗੇ, ਬਟ ਜਿਹੜੀ ਚੀਜ਼ ਦੀ ਡਿਮਾਂਡ ਬਹੁਤ ਜ਼ਿਆਦਾ ਆ, ਉਹ ਕੰਮ ਹਮੇਸ਼ਾ ਸਕਸੈਸਫੁਲ ਹੋਊਗਾ, ਉਹ ਕੰਮ ਹਮੇਸ਼ਾ ਸਫਲ ਹੋਊਗਾ। ਵੀ ਇਹ 'ਚ ਕੰਪੀਟੀਸ਼ਨ ਹੀ ਨਹੀਂ ਹੈਗਾ, ਕੋਈ ਮਤਲਬ ਵੀ ਪਸ਼ੂਆਂ 'ਚ ਵੜ ਕੇ ਰਾਜ਼ੀ ਨਹੀਂ ਹੈਗਾ। ਜਿਹੜੇ ਪਸ਼ੂ ਨੇ ਆਲਰੇਡੀ ਜਿਹੜੇ ਲੋਕਾਂ ਕੋਲ ਹੈਗੇ ਨੇ, ਉਹ ਵੀ ਵੇਚਦੇ ਜਾ ਰਹੇ ਨੇ, ਤਾਂ ਕੰਪੀਟੀਸ਼ਨ ਜ਼ੀਰੋ ਦੇ ਬਰਾਬਰ ਆ। ਜੇ ਤੁਸੀਂ ਅੱਜ ਇਹ ਕੰਮ 'ਚ ਵੜ ਗਏ, ਕੱਲ੍ਹ ਨੂੰ ਇਹ ਕੰਮ ਦੀ ਇੰਨੀ ਜ਼ਿਆਦਾ ਡਿਮਾਂਡ ਹੋ ਜਾਣੀ ਹੈ ਅਤੇ ਇੰਨੀ ਜ਼ਿਆਦਾ ਸਪਲਾਈ ਘੱਟ ਜਾਣੀ ਹੈ ਦੁੱਧ ਦੀ, ਵੀ ਤੁਸੀਂ ਰੇਟ ਇਮੈਜਿਨ ਨਹੀਂ ਕਰ ਸਕਦੇ ਕਿੱਥੇ ਤੱਕ ਜਾਓਗੇ। ਤੇਲ ਨਾਲੋਂ ਮਹਿੰਗਾ ਵਿਕੂਗਾ ਦੁੱਧ, ਪੈਟਰੋਲ ਨਾਲੋਂ ਮਹਿੰਗਾ ਵਿਕਿਆ ਕਰੂਗਾ ਇੱਕ ਦਿਨ ਦੁੱਧ। ਪੈਟਰੋਲ ਤਾਂ ਬਹੁਤ ਥੱਲੇ ਰਹਿ ਜਾਣਾ, ਦੁੱਧ ਐਸੀ ਚੀਜ਼ ਬਣ ਜਿਹੜੀ ਆ ਵੀ ਲਗਜ਼ਰੀ ਹੋ ਜਾਣੀ ਆ, ਲੋਕਾਂ ਨੂੰ ਮਿਲਣੀ ਨਹੀਂ ਹੈਗੀ, ਠੀਕ ਆ। ਤਾਂ ਪਹਿਲੀ ਚੀਜ਼ ਇਹ ਚੀਜ਼ ਦੀ ਡਿਮਾਂਡ ਬਹੁਤ ਆ, ਦੂਜਾ ਹੈਗਾ ਇਹ 'ਚ ਕੰਪੀਟੀਸ਼ਨ ਬਹੁਤ ਘੱਟ ਆ, ਲੋਕ ਕਰ ਹੀ ਨਹੀਂ ਰਹੇ ਹੈਗੇ। ਲੋਕਾਂ ਨੂੰ ਫੈਂਸੀ ਜੇ ਕੰਮ ਪਸੰਦ ਹੁੰਦੇ, ਜਿਵੇਂ ਕੋਈ ਰੈਸਟੋਰੈਂਟ ਖੋਲ ਲਿਆ, ਕੈਫੇ ਖੋਲ ਲਿਆ, ਕੋਈ ਪੀਜ਼ਾ ਦੀ ਦੁਕਾਨ ਖੋਲ ਲਈ, ਜਿਹੜਾ ਫੈਂਸੀ ਮਤਲਬ ਵੀ ਰਿਸ਼ਤੇਦਾਰਾਂ ਨੂੰ ਦੱਸਣ 'ਚ ਵਧੀਆ ਲੱਗੇ ਵੀ ਆਪਾਂ ਦੁਕਾਨ ਖੋਲੀ ਹੋਈ ਆ, ਠੀਕ ਆ। ਪਸ਼ੂ ਵਾਲੇ ਕੰਮ 'ਚ ਕੋਈ ਆ ਕੇ ਰਾਜ਼ੀ ਨਹੀਂ ਹੈਗਾ, ਲੋਕਾਂ ਨੂੰ ਹੁੰਦਾ ਵੀ ਕੀ ਡੰਗਰਾਂ ਨਾਲ ਡੰਗਰ ਹੋ ਰਹੇ ਨੇ। ਮੈਨੂੰ ਬਹੁਤ ਕਹਿੰਦੇ ਸੀਗੇ ਵੀ ਲੋਅ ਕਰਕੇ ਕੀ ਤੂੰ ਇੱਥੇ ਮੱਥਾ ਮਾਰ ਰਿਹਾ, ਬਟ ਜਿਹੜਾ ਕੰਮ ਕੋਈ ਕਰਕੇ ਰਾਜ਼ੀ ਨਹੀਂ ਹੈਗਾ, ਠੀਕ ਆ, ਚਾਹ ਸਾਰਿਆਂ ਨੇ ਪੀਣੀ ਆ ਬਟ ਡੰਗਰਾਂ 'ਚ ਵੜ ਕੇ ਕੋਈ ਰਾਜ਼ੀ ਨਹੀਂ ਹੈਗਾ, ਤਾਂ ਜਿਹੜਾ ਪੈਸਾ ਉਹੀ ਬੰਦਾ ਕਮਾਊਗਾ, ਉਹੀ ਬੰਦਾ ਸਫਲ ਹੋਊਗਾ ਜਿਹੜਾ ਡਿਮਾਂਡ ਪੂਰੀ ਕਰ ਰਿਹਾ। ਜੇ ਤੁਸੀਂ ਸਾਰਿਆਂ ਨੇ ਚਾਹ ਪੀਣੀ ਆ, ਤਾਂ ਉਹ ਦੁੱਧ ਕਿਤੋਂ ਨਾ ਕਿਤੋਂ ਤਾਂ ਆਊਗਾ ਹੀ, ਕਿਸੇ ਨੂੰ ਤਾਂ ਉਹ ਮਤਲਬ ਵੀ ਮੈਸਾਂ ਰੱਖਣੀਆਂ ਪੈਣੀਆਂ। ਅਤੇ ਜੇ ਸਾਰੇ ਬੰਦੇ ਛੱਡਦੇ ਜਾ ਰਹੇ ਨੇ, ਇੱਕ ਬੰਦਾ ਰੱਖ ਗਿਆ, ਤਾਂ ਉਹ ਬੰਦਾ ਮਨੋਪਲੀ ਕਰ ਲੂਗਾ, ਉਹ ਬੰਦੇ ਦਾ ਮਤਲਬ ਵੀ ਰਾਜ ਹੋਊਗਾ ਉਹ ਮਾਰਕੀਟ ਦੇ ਉੱਤੇ, ਠੀਕ ਆ। ਤਾਂ ਇਹ ਕੰਮ 'ਚ ਕੰਪੀਟੀਸ਼ਨ ਬਿਲਕੁਲ ਨਹੀਂ ਹੈਗਾ। ਤੀਜਾ ਰੀਜ਼ਨ ਇਹ ਕੰਮ ਨੂੰ ਚੁਣਨ ਦਾ, ਇਹ ਕੰਮ ਦੀ ਗਰੋਥ ਬਹੁਤ ਜ਼ਿਆਦਾ ਆ, ਬਹੁਤ ਛੇਤੀ ਗਰੋਥ ਹੁੰਦੀ ਆ। ਆਪਣੀ ਜਿਹੜੀ ਮੈਸਾਂ ਆਉਂਦੀਆਂ ਨੇ, ਆਪਣੀ ਮੈਸਾਂ ਇੰਨੀਆਂ ਮਹਿੰਗੀਆਂ ਨਹੀਂ ਹੈਗੀਆਂ, ਠੀਕ ਆ। ਜੇ ਸਪੋਜ਼ ਕਰੋ ਤੁਸੀਂ ਸ਼ੈਲਰ ਲਾਇਆ ਹੋਇਆ, ਤਾਂ ਇੱਕ ਸ਼ੈਲਰ ਲਾਉਣ ਤੋਂ ਬਾਅਦ ਦੂਜਾ ਸ਼ੈਲਰ ਲਾਉਣ ਨੂੰ ਤੁਹਾਨੂੰ 5-10 ਸਾਲ ਲੱਗ ਜਾਣਗੇ। ਪੰਪ ਲਾਇਆ ਹੋਇਆ, ਦੁਕਾਨ ਖੋਲ੍ਹੀ ਕਰਿਆਨੇ ਦੀ, ਠੀਕ ਆ, ਸਮਾਨ 10 ਲੱਖ ਦਾ ਪਾਉਣਾ ਪਊ,
ਤੁਸੀਂ 70-80 ਹਜ਼ਾਰ ਦੀ ਲੱਖ ਦੀ ਟੌਪ ਦੀ ਮੈਸ ਆ ਜਾਂਦੀ ਹੈ, ਠੀਕ ਆ। ਤੁਸੀਂ ਮੈਸਾਂ ਪਾਣੀ ਜਾਂਦੇ, ਤੁਸੀਂ 2 ਮਹੀਨੇ 'ਚ 1 ਮੈਸ ਜੇ ਪਾਉਂਦੇ ਹੋ ਨਾ, ਤੁਸੀਂ ਸਾਲ 'ਚ 6 ਮੈਸਾਂ ਪਾ ਜਾਂਦੇ ਹੋ। ਅਤੇ ਹੌਲੀ ਹੌਲੀ ਜੇ ਤੁਸੀਂ ਮਤਲਬ ਵੀ 1 ਮਹੀਨੇ 'ਚ 1 ਮੈਸ ਪਾਉਣ ਲੱਗੇ ਤਾਂ ਤੁਸੀਂ 12 ਮੈਸਾਂ ਪਾ ਜਾਂਦੇ ਹੋ, ਠੀਕ ਆ। ਤੁਸੀਂ ਇਹ ਕੰਮ ਨੂੰ ਬਸ ਉਹ ਲੈਵਲ 'ਤੇ ਲੈ ਕੇ ਜਾਣਾ ਵੀ ਤੁਹਾਡੀ ਮਹੀਨੇ 'ਚ 4-5 ਮੈਸਾਂ ਆ ਜਾਣ, ਸਾਰਾ ਖਰਚਾ ਖੁਰਚਾ ਕੱਢ ਕੇ। ਉਹ ਤੋਂ ਬਾਅਦ ਇਹ ਕੰਮ ਇੰਨਾ ਤਕੜਾ ਕੰਮ ਬਣ ਜੂਗਾ ਨਾ, ਆਪ ਹੀ ਵਧੀ ਜਾਊਗਾ, ਤੁਸੀਂ 1000 ਮੈਸਾਂ ਤੱਕ ਆਟੋਮੈਟਿਕਲੀ ਪਹੁੰਚ ਜਾਓਗੇ। ਵੀ ਇਹ ਕੰਮ ਦੀ ਗਰੋਥ ਬਹੁਤ ਛੇਤੀ ਹੁੰਦੀ ਆ, ਇੰਨਾ ਮਹਿੰਗਾ ਕੰਮ ਨਹੀਂ ਹੈਗਾ, ਆਪਾਂ ਨੂੰ ਕੰਮ ਵਧਾਉਣ ਵਾਸਤੇ ਇੰਨਾ ਜ਼ਿਆਦਾ ਪੈਸਾ ਨਹੀਂ ਚਾਹੀਦਾ ਹੈਗਾ। ਕੰਮ ਸਟਾਰਟ ਕਰੋ, ਘੱਟ ਪੈਸੇ ਨਾਲ ਸਟਾਰਟ ਕਰੋ, ਹਰ ਮਤਲਬ ਵੀ ਥੋੜ੍ਹੇ ਪੈਸੇ ਬਚਾ ਕੇ ਇਹਦੇ 'ਚੋਂ ਹਰ 1-2 ਮਹੀਨੇ 'ਚ 1 ਦੀ ਮੈਸ ਪਾਈ ਜਾਓ, ਫਿਰ ਉਹ ਮੈਸਾਂ ਦਾ ਗਿਣਤੀ ਵਧਾਈ ਜਾਓ। ਜਿਵੇਂ ਜਿਵੇਂ ਪੈਸਾ ਵਧੀ ਗਿਆ, ਮਹੀਨੇ 'ਚ 1 ਮੈਸ ਕਰ ਦਿਓ, ਫਿਰ 2 ਮੈਸਾਂ, ਫਿਰ 3 ਮੈਸਾਂ, ਫਿਰ 4, 5, 10 ਮੈਸਾਂ, ਫਿਰ ਤੁਹਾਡਾ ਕੰਮ ਇਹੋ ਜਿਹਾ ਬਣ ਜਾਣਾ ਵੀ ਤੁਸੀਂ ਆਪ ਵੀ ਐਸ਼ ਕਰੋਗੇ ਅਤੇ ਇੰਨਾ ਪੈਸਾ ਐਕਸਟਰਾ ਬਚ ਜਾਣਾ ਵੀ ਇਹ ਕੰਮ 'ਚ ਵੀ ਤੁਸੀਂ ਅੱਗੇ ਵਧੀ ਜਾਓਗੇ। ਇਹ ਸੀਗਾ ਤੀਜਾ ਰੀਜ਼ਨ। ਚੌਥਾ ਰੀਜ਼ਨ ਇਹ ਹੈਗਾ ਵੀ ਇਹ ਤੋਂ ਇਹ ਕੰਮ ਨਾਲ ਜੁੜੇ ਹੋਏ ਇੰਨੇ ਜ਼ਿਆਦਾ ਕੰਮ ਨੇ ਜਿਹੜੇ ਆਪਾਂ ਕਰ ਸਕਦੇ ਹਾਂ ਇਹਦੇ ਨਾਲ। ਜਿਵੇਂ ਸਪੋਜ਼ ਕਰੋ ਕਿਸੇ ਬੰਦੇ ਨੇ ਪੰਪ ਲਾਇਆ ਹੋਇਆ, ਉਹਨੇ ਸ਼ਹਿਰ 'ਚ ਇੱਕ ਪੰਪ ਲਾ ਲਿਆ, ਹੁਣ ਉਹਨੂੰ ਪਤਾ ਵੀ ਸ਼ਹਿਰ 'ਚ ਦੂਜੇ ਪੰਪ ਦੀ ਜਗ੍ਹਾ ਨਹੀਂ ਹੈਗੀ, ਦੂਜਾ ਪੰਪ ਉਹਦਾ ਚੱਲ ਨਹੀਂ ਸਕਦਾ, ਪਰ ਉਹਨੇ ਕੰਮ ਵਧਾਉਣਾ। ਉਹ ਕੀ ਕਰੂਗਾ, ਸਪੋਜ਼ ਕਰੋ ਕਰਿਆਨੇ ਦੀ ਦੁਕਾਨ ਖੋਲ ਲਈ, ਠੀਕ ਆ। ਹੁਣ ਪੰਪ ਨੂੰ ਚਲਾਉਣਾ 1 ਚੀਜ਼ ਆ, ਕਰਿਆਨੇ ਦੀ ਦੁਕਾਨ ਖੋਲਣੀ 2 ਚੀਜ਼ ਆ, ਮਤਲਬ 8-8 ਚੀਜ਼ਾਂ ਹੋ ਗਈਆਂ। ਉਹਦਾ ਜਮਾਂ ਲਿੰਕ ਨਹੀਂ ਹੈਗਾ, ਪੰਪ ਅਤੇ ਦੁਕਾਨ 'ਚ ਕੋਈ ਲਿੰਕ ਨਹੀਂ ਹੈਗਾ, ਕੋਈ ਮਤਲਬ ਵੀ ਮੇਲ ਜੋਲ ਨਹੀਂ ਹੈਗਾ, ਜੇ ਉਹਨੂੰ 0 ਤੋਂ ਸਟਾਰਟ ਕਰਨਾ ਪੈਣਾ। ਬਟ ਆਪਣਾ ਜਿਹੜਾ ਡੇਅਰੀ ਫਾਰਮਿੰਗ ਦਾ ਕੰਮ ਆ, ਆਪਾਂ ਨੂੰ ਸਾਈਲੇਜ ਵੀ ਬਣਾਉਣਾ ਪਊਗਾ, ਆਪਾਂ ਨੂੰ ਕੱਟੀਆਂ ਵੀ ਪਾਲਣੀਆਂ ਪੈਣਗੀਆਂ, ਆਪਾਂ ਨੂੰ ਮਤਲਬ ਦਾਣਾ ਵੀ ਆਪ ਤਿਆਰ ਕਰਨਾ ਪਊਗਾ ਜਾਂ ਬੜੇ ਲੈਵਲ 'ਤੇ ਪਹੁੰਚ ਕੇ। ਤਾਂ ਜੇ ਇਹ ਸਾਰੇ ਕੰਮਾਂ ਨੂੰ ਆਪਾਂ ਇੰਡੀਵਿਜੁਅਲ ਕੰਮ ਬਣਾ ਦਈਏ, ਵੀ ਸਾਈਲੇਜ ਵੀ ਆਪਾਂ ਬਾਹਰ ਵੇਚਣ ਲੱਗ ਜਾਈਏ, ਲੋਕਾਂ ਨੂੰ ਦਾਣਾ ਵੀ ਬਾਹਰ ਵੇਚਣ ਲੱਗ ਜਾਈਏ, ਖਲ ਵੀ ਵੇਚਣ ਲੱਗ ਜਾਈਏ, ਆਪਾਂ ਕੱਟੀਆਂ ਤਿਆਰ ਕਰਕੇ ਵੀ ਵੇਚਣ ਲੱਗ ਜਾਈਏ, ਆਪਾਂ ਬੁੱਲ ਤਿਆਰ ਕਰਕੇ ਵੀ ਵੇਚਣ ਲੱਗ ਜਾਈਏ, ਆਪਾਂ ਕੇਚੂਆ ਖਾਦ ਵੀ ਵੇਚਣ ਲੱਗ ਜਾਈਏ, ਤਾਂ ਇੰਨੇ ਬਿਜ਼ਨਸਿਸ ਖੜ੍ਹੇ ਹੋ ਜਾਂਦੇ ਨੇ ਆਪਣੇ ਕੰਮ ਨਾਲ ਹੀ ਜੁੜੇ। ਤਾਂ ਤੁਹਾਨੂੰ ਇੱਧਰ ਉੱਧਰ ਝਾਕਣ ਦੀ ਲੋੜ ਨਹੀਂ ਪੈਂਦੀ ਵੀ ਹੁਣ ਅਗਲਾ ਕੀ ਕਰੀਏ। ਆਪਣੇ ਕੋਲ ਆਪਣੇ ਹੀ ਕੰਮ ਬਹੁਤ ਨੇ, ਆਪਣੀ ਇਨਕਮ ਸਟ੍ਰੀਮਸ ਆਪਾਂ ਬਹੁਤ ਜ਼ਿਆਦਾ ਖੜੀਆਂ ਕਰ ਸਕਦੇ ਹਾਂ। ਇਹ ਸੀਗਾ ਜੀ ਆਪਣਾ ਅਗਲਾ ਰੀਜ਼ਨ। ਇਹ ਤੋਂ ਅਗਲਾ ਰੀਜ਼ਨ ਕੀ ਆ, ਉਹ ਹੈਗਾ ਵੀ ਇਹ ਕੰਮ ਨਾ ਸਦਾ ਬਾਹਰ ਕੰਮ ਆ, ਇਹ ਕੰਮ ਦਾ ਦੌਰ ਨਹੀਂ ਆਇਆ ਹੈਗਾ। ਜਿਵੇਂ ਪ੍ਰੋਪਰਟੀ 'ਚ ਮਤਲਬ ਵੀ ਆਇਆ ਸੀਗਾ ਵੀ ਪ੍ਰੋਪਰਟੀ ਰੇਟ ਕਾਫੀ ਉੱਚੇ ਹੋ ਗਏ ਸੀ, ਰੀਅਲ ਇਸਟੇਟ ਦਾ ਕੰਮ ਬਹੁਤ, ਪ੍ਰੋਪਰਟੀ ਡੀਲਰ ਬਹੁਤ ਉੱਠ ਕੇ ਆਏ ਸੀਗੇ ਲੋਕੀ, ਮਤਲਬ ਵੀ ਦੌਰ ਆਇਆ ਸੀ, 5-7 ਸਾਲ ਆਏ ਸੀ, ਉਹ ਤੋਂ ਬਾਅਦ ਉਹ ਕੰਮ ਮਰ ਗਿਆ, ਠੀਕ ਆ। ਮਾਰਬਲ ਦਾ ਕੰਮ ਕੀਤਾ ਲੋਕਾਂ ਨੇ, ਉਹ ਕੰਮ ਮਰ ਗਿਆ, ਠੀਕ ਆ। ਉਹ ਤੋਂ ਬਾਅਦ ਸ਼ੈਲਰਾਂ ਦਾ ਕੰਮ ਆਇਆ, ਉਹਦਾ ਵੀ ਦੌਰ ਆ ਰਿਹਾ, ਠੀਕ ਆ, ਆ ਰਿਹਾ ਜਾ ਰਿਹਾ ਕੰਮ। ਮਤਲਬ ਵੀ ਕਾਫੀ ਬਿਜ਼ਨਸਿਸ ਦੀ ਨਾ ਇੱਕ ਲਾਈਫ ਹੁੰਦੀ ਹੈ ਵੀ ਉਹਨੇ 10 ਸਾਲ ਹੀ ਚੱਲਣਾ, 10 ਸਾਲ ਤੋਂ ਬਾਅਦ ਉਹਨੇ ਚੱਲਣਾ ਨਹੀਂ ਹੈਗਾ, ਫਿਰ ਤੁਹਾਨੂੰ ਕੰਮ ਬਦਲਣਾ ਪਊਗਾ। ਬਟ ਜਿਹੜਾ ਆਪਣਾ ਕੰਮ ਆ ਡੇਅਰੀ ਫਾਰਮਿੰਗ ਦਾ, ਜਦ ਤੋਂ ਬੰਦਾ ਜੰਗਲਾਂ 'ਚੋਂ ਨਿਕਲ ਕੇ ਘਰਾਂ 'ਚ ਰਹਿਣ ਲੱਗਿਆ ਅਤੇ ਉਹਨੇ ਮਤਲਬ ਵੀ ਇਹ ਗਾਵਾਂ ਮੈਸਾਂ ਨੂੰ ਫੜ ਕੇ ਬੰਨਿਆ, ਉਦੋਂ ਦਾ ਦੁੱਧ ਪੀ ਰਿਹਾ, ਅੱਜ ਤੱਕ ਪੀ ਰਿਹਾ ਅਤੇ ਅਗਲੇ 1000 ਸਾਲ ਤੱਕ ਪੀਊਗਾ। ਜਦ ਤੱਕ ਬੰਦਾ ਰਹੂਗਾ ਉਹਨੂੰ ਇਹ ਚੀਜ਼ ਖਾਣ ਪੀਣ ਦੀ ਹਮੇਸ਼ਾ ਚਾਹੀਦੀ ਹੋਊਗੀ। ਤੁਸੀਂ ਇਹ ਕੰਮ ਨੂੰ ਇਹ ਨਹੀਂ ਸੋਚਣਾ ਪੈਣਾ 10 ਸਾਲ ਬਾਅਦ ਵੀ ਯਾਰ ਇਹ ਕੰਮ ਮਰ ਗਿਆ ਆਪਣਾ, ਆਪਾਂ ਅਗਲਾ ਕੰਮ ਕੀ ਸਟਾਰਟ ਕਰੀਏ, ਉਹ ਚੀਜ਼ ਤੁਹਾਡੇ ਦਿਮਾਗ 'ਚ ਆਉਣੀ ਨਹੀਂ ਹੈਗੀ, ਉਹ ਟੈਨਸ਼ਨ ਹੀ ਨਹੀਂ ਰਹਿਣੀ ਹੈਗੀ। ਤੁਸੀਂ ਅਗਲੇ 7 ਪੀੜ੍ਹੀਆਂ 10 ਪੀੜ੍ਹੀਆਂ ਤੁਹਾਡੀ ਇਹੀ ਕੰਮ ਨਾਲ ਜੁੜ ਕੇ ਰਹਿ ਸਕਦੇ ਨੇ। ਬਟ ਇਹ ਕੰਮ ਨੂੰ ਕਰਨ ਦਾ ਮਜ਼ਾ ਉਦੋਂ ਹੀ ਆਊਗਾ ਜਦ ਤੁਸੀਂ ਸਾਰੀ ਉਮਰ ਇਹ ਕੰਮ ਨੂੰ ਵਧਾਉਂਦੇ ਜਾਓਗੇ, ਅੱਗੇ ਜਵਾਕਾਂ ਨੂੰ ਦੇ ਜਾਓਗੇ, ਉਹ ਵਧਾਉਂਦੇ ਜਾਣਗੇ, ਕਰਦੇ 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 ਤੁਸੀਂ ਦੁਨੀਆ ਦਾ ਸਭ ਤੋਂ ਬੜਾ ਕੰਮ ਖੋਲ ਲਓਗੇ ਇਹ ਕੰਮ ਨੂੰ, ਠੀਕ ਆ। ਮਤਲਬ ਇਹ ਕੰਮ ਤੁਹਾਨੂੰ ਸਦਾ ਬਹਾਰ ਆ, ਤੁਹਾਨੂੰ ਇਹ 'ਚ ਵੜ ਕੇ ਇਹ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਵੀ ਜੇ ਇਹ ਕੰਮ ਰੁਕ ਗਿਆ, ਵੀ ਜੇ ਦੁੱਧ ਦੀ ਲੋੜ ਨਹੀਂ ਪਈ ਹੈਗੀ ਲੋਕਾਂ ਨੂੰ, ਫਿਰ ਆਪਾਂ ਕੀ ਕੰਮ ਕਰਾਂਗੇ। ਵੀ ਇਹ ਐਸੀ ਚੀਜ਼ ਆ ਜਿਹਦੀ ਡਿਮਾਂਡ ਸਦਾ ਤੋਂ ਰਹੀ ਆ ਅਤੇ ਸਦਾ ਹੀ ਰਹਿਣੀ ਆ, ਤਾਂ ਇਹ ਕੰਮ ਨੂੰ ਬਦਲਣ ਦੀ ਤੁਹਾਨੂੰ ਟੈਨਸ਼ਨ ਨਹੀਂ ਲੈਣੀ ਪੈਣੀ ਹੈਗੀ। ਤਾਂ ਇਹ ਸੀਗੇ ਮੇਰੇ ਕਾਰਨ ਜਿਨ੍ਹਾਂ ਕਰਕੇ ਮੇਰੇ ਹਿਸਾਬ ਨਾਲ ਇਹ ਕੰਮ ਡੇਅਰੀ ਫਾਰਮਿੰਗ ਦਾ ਕੰਮ ਦੁਨੀਆ ਦਾ ਸਭ ਤੋਂ ਬੈਸਟ ਕੰਮ ਆ ਅਤੇ ਬਾਕੀ ਕੰਮਾਂ ਨਾਲ ਬਹੁਤ ਵਧੀਆ ਕੰਮ ਆ। ਮੈਂ ਦੁਬਾਰਾ ਤੋਂ ਰਿਪੀਟ ਕਰ ਦਿੰਦਾ, ਪਹਿਲਾਂ ਇਹਦੀ ਡਿਮਾਂਡ ਬਹੁਤ ਆ, ਦੂਜਾ ਇਹਦਾ ਕੰਪੀਟੀਸ਼ਨ ਬਹੁਤ ਘੱਟ ਆ, ਤੀਜੀ ਇਹਦੀ ਗਰੋਥ ਬਹੁਤ ਛੇਤੀ ਹੁੰਦੀ ਆ, ਚੌਥਾ ਹੈਗਾ ਵੀ ਆਪਾਂ ਇਹਦੇ ਨਾਲ ਜੁੜੇ ਹੋਏ ਹੋਰ ਕਾਫੀ ਕੰਮ ਕਾਰ ਖੋਲ ਸਕਦੇ ਹਾਂ, ਆਪਾਂ ਨੂੰ ਇੱਧਰ ਉੱਧਰ ਦੇਖਣ ਦੀ ਲੋੜ ਨਹੀਂ ਪੈਂਦੀ। ਪੰਜਵਾਂ ਹੈਗਾ ਇਹ ਸਦਾ ਬਾਹਰ ਕੰਮ ਆ। ਤਾਂ ਇਹ ਸੀਗੀ ਜੀ ਅੱਜ ਦੀ ਵੀਡੀਓ। ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਸੀਂ ਇਹ ਕੰਮ ਨਾਲ ਜੁੜੇ ਹੋਏ ਹੋ ਤਾਂ ਕਿਹੜੇ ਸਾਲ ਤੋਂ ਜੁੜੇ ਹੋਏ ਅਤੇ ਕਿਵੇਂ ਚੱਲ ਰਿਹਾ ਕੰਮ ਕਾਰ ਤੁਹਾਡਾ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਥੈਂਕ ਯੂ ਸੋ ਮੱਚ। ਥੈਂਕ ਯੂ ਜੀ।